ਜੈਕ ਰਾਈਡਰ ਵੀ ਚੰਗੀ ਤਰ੍ਹਾਂ ਹਜੇ ਕੱਢ ਨਹੀਂ ਸਕਿਆ ਹੁਣ ਡੋਮਿਨਿਕ ਮੂਰ ਨੇ ਅੱਗੇ ਭੇਜ ਦਿੱਤੀ ਪੱਕ 3-1 ਹੋ ਗਿਆ ਨਿਊਯਾਰਕ ਵਾਸਤੇ ਪਾਸ ਦਾ ਪਾਸ ਤੇ ਗੋਲ ਰਾਇਨ ਮਕਡੋਨਾ ਕਪਤਾਨ ਤੇ 1-0 ਜਿੱਤ ਰਹੇ ਨੇ ਨਿਊਯਾਰਕ ਰੇਂਜਰਸ ਵੈਨਕੂਵਰ ਕਨਕਸ ਦੀ ਡਿਫੈਂਸ ਪਤਾ ਨਹੀਂ ਕਿੱਥੇ ਗੈਬ ਹੋ ਗਈ ਵਧੀਆ ਜਵਾਬੀ ਹਮਲਾ ਜਿਹੜੀ ਪਹਿਲੀ ਲਾਈਨ ਸੀ ਵੈਨਕੂਵਰ ਦੀ ਉੱਥੇ ਤੇ ਇੱਕ ਤਾਂ ਇਹਨੀ ਸ਼ਿਫਟ ਬਹੁਤ ਲੰਮੀ ਸੀ ਇੱਕ ਤਾਂ ਟੰਗ ਹੋ ਗਈ ਉੱਥੇ ਸਡੀਨ ਤੇ ਡੋਰਸੈਟ ਤਿੰਨ ਜਣੇ ਸੀ ਤਾਂ ਸਡੀਨ ਨੂੰ ਚੇਂਜ ਚਾਹੀਦੀ ਸੀ ਪਰ ਇੱਥੇ ਦੇਖੋ ਜਵਾਬੀ ਹਮਲਾ ਵਧੀਆ ਤਾਂ ਤਾਂ ਦੂਜੇ ਪਾਸੇ ਨੇ ਰੇਂਜਰਸ ਚੱਲੇ ਤਾਂ ਇੱਧਰ ਦੇਖ ਲਓ ਵਧੀਆ ਤਾਂ ਇਕੱਲਾ ਇੱਥੇ ਡਿਫੈਂਸਮੈਨ ਨਹੀਂ ਰਹਿ ਗਿਆ ਤਾਂ ਮਕਡੋਨਾ ਜਿਹੜਾ ਡਿਫੈਂਸਮੈਨ ਹੈਗਾ ਆਪ ਸਿੱਧਾ ਨੈੱਟ ਵੱਲ ਗਿਆ ਤਾਂ ਚੰਗੀ ਪਾਸ ਦਿੱਤੀ ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਵਰਤਣੀ ਚਾਹੀਦੀ ਆ ਖਾਸ ਕਰਕੇ ਆਪਣੇ ਡਿਫੈਂਸਿਵ ਜ਼ੋਨ ਪੈ ਡੈਰਿਕ ਸਟੈਪਾਨ ਲੱਭ ਰਿਹਾ 2-1 ਹੋ ਗਿਆ ਫਿਰ ਨਿਊਯਾਰਕ ਲਈ ਸਟੈਪਾਨ ਦਾ ਪਾਸ ਗਿਆ ਤੇ ਕੋਸ਼ਿਸ਼ ਕੀਤੀ ਤੇ ਗੋਲ ਬਣਾ ਦਿੱਤਾ ਤੇ ਰਾਇਨ ਮਿਲਰ ਨੂੰ ਪੜਨੇ ਪਾ ਦਿੱਤਾ ਜੇ ਟੀ ਮਿਲਰ ਨੇ 2-0 ਨਿਊਯਾਰਕ ਰੇਂਜਰਸ ਮੈਂ ਪ੍ਰੀ ਗੇਮ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜਿਹੜਾ ਪਹਿਲਾ ਗੇਮ ਹੁੰਦਾ ਆ ਤੁਸੀਂ 2 ਹਫ਼ਤੇ ਬਾਹਰ ਰਹੇ ਆ ਤੁਹਾਡਾ ਪਹਿਲਾ ਮੈਚ ਹੋ ਰਿਹਾ ਆਪਣੇ ਘਰ ਦੇ ਵਿੱਚ ਬਹੁਤ ਹੀ ਔਖਾ ਹੁੰਦਾ ਕਿਉਂਕਿ ਪਰੇਸ਼ਾਨੀਆਂ ਬਥੇਰੀਆਂ ਹੁੰਦੀਆਂ ਘਰ ਆ ਰਹੇ ਵਾ ਤੁਹਾਨੂੰ ਤੰਗ ਕਰਦੇ ਆ ਉਸ ਗੱਲਾਂ ਦਾ ਖਿਆਲ ਵੀ ਰੱਖਣਾ ਪੈਂਦਾ ਤੁਹਾਡਾ ਧਿਆਨ ਮੈਚ ਦੇ ਵਿੱਚ ਨਹੀਂ ਹੁੰਦਾ ਤਾਂ ਬਿਲਕੁਲ ਲੱਗਦਾ ਵੀ ਕਨਕਸ ਵਾਲਾ ਦਾ ਦਿਮਾਗ ਖਾਸ ਕਰਕੇ ਡਿਫੈਂਸ ਪੱਖੋਂ ਉਹਨਾਂ ਦਾ ਦਿਮਾਗ ਬਿਲਕੁਲ ਨਹੀਂ ਚੱਲਦਾ ਪਿਛਲੇ ਪਹਿਲੇ 4 ਮਿੰਟਾਂ 'ਚ 3 ਆਡ ਮੈਨ ਦਾ ਜਿਹੜੇ ਹੁੰਦੇ ਆ 2 ਤਾਂ 3-on-1 ਮਿਲੇ ਆ ਰੇਂਜਰ ਨੂੰ ਤੇ ਬ੍ਰਸਾਰਡ ਇੱਥੇ ਪਾ ਕੱਢ ਗਿਆ ਰਿਕ ਨੈਸ਼ 3-1 ਫਿਰ ਨਿਊਯਾਰਕ ਵਾਸਤੇ ਜ਼ੁਕਰੇਲੋ ਸ਼ਾਟ ਤੇ ਗੋਲ 3-0 ਨਿਊਯਾਰਕ ਰੇਂਜਰਸ ਤੇ ਧਰਤੀ ਹਿਲਾ ਦਿੱਤੀ ਨਿਊਯਾਰਕ ਨੇ ਵੈਨਕੂਵਰ ਦੇ ਵਿੱਚ ਹੋਏ ਹੋਏ ਪਤਾ ਨਹੀਂ ਕੀ ਇੱਥੇ ਵਾਪਰ ਰਿਹਾ ਮੈਨੂੰ ਯਾਦ ਆ ਵੀ 1997 ਦੇ ਵਿੱਚ ਨਿਊਯਾਰਕ ਰੇਂਜਰਸ ਦੀ ਟੀਮ ਵੇਨ ਗ੍ਰੈਸਕੀ ਨਾਲ ਆਈ ਸੀ ਤਾਂ ਉਦੋਂ ਮਾਰਕ ਮੈਸੀਏ ਦਾ ਪਹਿਲਾ ਮੈਚ ਸੀ ਤਾਂ ਰੇਂਜਰਸ ਨੇ ਆ ਕੇ ਤਾਂ ਵੈਨਕੂਵਰ ਨੂੰ ਬਿਲਕੁਲ ਬਿਲਡਿੰਗ ਦੇ ਵਿੱਚੋਂ ਕੱਢ ਹੀ ਦਿੱਤਾ ਸੀ ਉਸ ਰਾਤ ਵੇਨ ਗ੍ਰੈਸਕੀ ਨੇ 3 ਗੋਲ ਕੀਤੇ 2 ਅਸਿਸਟ 5 ਪੁਆਇੰਟ ਤਾਂ ਮੈਨੂੰ ਲੱਗਦਾ ਉਹੀ ਦੇਖਣ ਨੂੰ ਮਿਲਣਾ ਲੰਡਕੁਐਸਟ ਉਹ ਕਹਿੰਦਾ ਰਹਿਣ ਦਿਓ ਤੁਸੀਂ ਤਾਂ ਗੋਲ ਕਰਨਾ ਹੀ ਨਹੀਂ ਕਰਨਾ ਤਾਂ ਦੂਜੇ ਪਾਸੇ ਜਵਾਬੀ ਹੋਣਾ ਜੀ ਬਿਲਕੁਲ ਜੀ ਤਾਂ ਇੱਥੇ ਕੈਵਿਨ ਬੀ ਐਕਸਾਂ ਨੇ ਚਾਂਸ ਲਿਆ ਉਹ ਕੋਸ਼ਿਸ਼ ਕਰ ਰਿਹਾ ਸੀ ਪੱਕ ਰੱਖਣ ਨੂੰ ਆਫੈਂਸਿਵ ਜ਼ੋਨ 'ਚ ਰੱਖ ਨਹੀਂ ਹੋਇਆ ਬਚਾਰਾ ਲੂਕਾ ਸਬੀਜ਼ਾ ਰਹਿ ਗਿਆ 3 ਨਿਊਯਾਰਕ ਰੇਂਜਰਸ ਇਹਨਾਂ ਨੇ ਲੋਹੜੀ ਬਣਾਉਣੀ ਹੈਗੀ ਮੇਰਾ ਖਿਆਲ ਲੱਡੂ ਤਾਂ ਹੀ ਇੱਥੇ ਪਏ ਹੈ ਅਰੀਨਾ ਦੇ ਵਿੱਚ ਸਲੈਪ ਸ਼ਾਟ ਤੇ ਗੋਲ 4-0 ਤੇ ਰਾਇਨ ਮਿਲਰ ਦੀ ਸਰੀਰਕ ਭਾਸ਼ਾ ਦੇਖੋ ਹੱਥ ਖੜੇ ਕਰ ਲਏ ਕਹਿੰਦਾ ਯਾਰ ਮੈਂ ਕੀ ਕਰਾਂ ਇਹ ਤਾਂ ਹੁਣ ਸਾਰੇ ਟੀਮ ਨੂੰ ਸੋਚਣਾ ਪਊਗਾ ਤਾਂ ਮੇਰੇ ਖਿਆਲ ਵਿਲੀ ਡਿਸ਼ਾਰਡਨ ਹੁਣ ਐਨ ਗਮ ਦਾ ਪੂਰਾ ਹੈ ਨਾ ਜਿਹੜਾ ਜੂਸ ਹੈਗਾ ਆ ਜਾਂ ਫਲੇਵਰ ਹੈਗਾ ਉਹ ਕੱਢੂਗਾ ਗਮ ਦੇ ਵਿੱਚੋਂ ਐਨ ਚੱਪਦਾ ਹੈਗਾ ਜ਼ੋਰ ਦੇ ਨਹੀਂ ਚੱਪਦਾ ਆ ਤਾਂ ਦੇਖ ਲਓ ਇੱਥੇ ਡੈਡ ਦੇ ਪਿੱਛੇ ਸਾਰਾ ਕੰਮ ਸ਼ੁਰੂ ਹੋ ਗਿਆ ਹੇਜ਼ ਨੇ ਪਿੱਛੇ ਦੇਖਿਆ ਪਾਸ ਦਿੱਤਾ ਪੁਆਇੰਟ 'ਤੇ ਤਾਂ ਸਿੰਪਲ ਆ ਸ਼ਾਟ ਮਾਰੋ ਤਾਂ ਦੇਖ ਲਓ ਵੀ ਕੀ ਹੋ ਜਾਂਦਾ ਤਾਂ ਲੱਗਦਾ ਸੀ ਵੀ ਰਾਇਨ ਮਿਲਰ ਨੂੰ ਕੁਛ ਨਹੀਂ ਦੱਸਿਆ ਮਾਰਕ ਸਟਾਲ ਨੇ ਜ਼ੋਰ ਦੇ ਨੇ ਸ਼ਾਟ ਮਾਰਿਆ ਨਿਕ ਬਨੀਨੋ ਨੇ ਰੋਕਿਆ ਵੀ ਨਹੀਂ ਸਬੀਜ਼ਾ ਵੀ ਉੱਥੇ ਖੜ੍ਹਾ ਜ਼ੁਕਰੇਲੋ ਤਾਂ ਖੜਾ ਸੋਰੀ ਹੈਗਲਿਨ ਤਾਂ ਉਹਦੇ ਖੜਾ ਹੀ ਸੀ ਪਰ ਜ਼ਬੀਜ਼ਾ ਨੇ ਜ਼ਿਆਦਾ ਡੈਮੇਜ ਕੀਤਾ ਉਹਦਾ ਆਪਣਾ ਖੜਾ ਦੀ ਉਹਦੇ ਮੋਹਰੇ ਇਸ ਦੂਜੇ ਪੀਰੀਅਡ ਦੇ ਵਿੱਚ ਬ੍ਰਸਾਰਡ ਪਾਸ ਤੇ ਗੋਲ ਜ਼ੁਕਰੇਲੋ ਕਿਆ ਪਾਸ ਮਿਲਿਆ ਇੱਕਦਮ ਨਿਊਯਾਰਕ ਰੇਂਜਰਸ ਗੋਲ ਬਣਾ ਕੇ 5-0 ਤੇ ਰਾਇਨ ਮਿਲਰ ਛੱਤ ਵੱਲ ਝਾਕ ਰਿਹਾ ਵੀ ਯਾਰ ਇਹ ਗੇਮ ਕਦੋਂ ਖਤਮ ਹੋਵੇਗੀ ਬਰੋਸ ਦੇ ਕੋਲ ਪੱਕ ਸਿੱਟ ਦਿੱਤੀ ਉਹਨੇ ਅੱਗੇ ਹੁਣ ਲੈ ਕੇ ਆ ਰਿਹਾ ਬਨੀਨੋ ਮੌਕਾ ਬਨੀਨੋ ਸ਼ਾਟ ਤੇ ਗੋਲ ਤੰਗ ਦਿੱਤੀ ਪੱਕ ਸ਼ਟ ਆਊਟ ਤੋੜ ਦਿੱਤਾ ਨਿਕ ਬਨੀਨੋ ਕੁਛ ਨਾ ਕੁਛ ਤਾਂ ਵਧੀਆ ਗੱਲ ਨਿਕਲੀ ਹੈਗੀ ਆ ਨਿਕ ਬਨੀਨੋ ਨਵੰਬਰ 6 ਤਰੀਕ ਨੇ ਇਹਨੇ ਆਪਣਾ ਗੋਲ ਕੀਤਾ ਸੀ ਉਸ ਤੋਂ ਬਾਅਦ ਪਹਿਲੀ ਵਾਰੀ 5 ਹਫ਼ਤੇ ਬਾਅਦ ਇਹਨੇ ਗੋਲ ਕੀਤਾ ਜੀ ਦੇਖ ਲਓ ਜੀ ਨਾਲੇ ਉਹ ਦੂਜੀ ਲਾਈਨ 'ਤੇ ਬਦਲਾਅ ਲਿਆਉਂਦਾ ਤੀਜੇ ਪੀਰੀਅਡ 'ਚ ਤਾਂ ਇਹਦੀ ਜਿਹੜੀ ਰਿਸ਼ ਸ਼ਾਟ ਹੈ ਬੜੀ ਮੰਨੀ ਜਾਂਦੀ ਹੈ ਇੱਥੇ ਰਿਸ਼ ਸ਼ਾਟ ਹੀ ਦਿਖਾਈ ਥੋੜ੍ਹਾ ਬਹੁਤਾ ਡਿਫਲੈਕਸ਼ਨ ਜੌਨ ਮੂਰ ਦੀ ਸਟਿਕ 'ਤੇ ਵੀ ਹੋਊਗਾ ਪਰ ਹੈਨਰਿਕ ਲੰਡਕੁਐਸਟ ਨੇ ਜਿਹੜਾ ਆਪਣੇ 5ਵੀਂ ਸ਼ਾਟ ਆਊਟ ਮਿਲਣੀ ਨਹੀਂ ਹੈਗੀ ਸੋ ਇਸ ਦੇ ਨਾਲ ਚੌਥੀ ਲਗਾਤਾਰ ਹਾਰ ਹੋਵੇਗੀ ਜੀ ਵੈਨਕੂਵਰ ਕਨਕਸ ਵੀ ਕਿਉਂਕਿ 3 ਗੇਮਾਂ ਹਾਰ ਕੇ ਆਏ ਨੇ ਰੋਡ ਟ੍ਰਿਪ 'ਤੇ ਅਤੇ ਜਿੱਤ ਪ੍ਰਾਪਤ ਕਰ ਗਏ ਹਨ ਨਿਊਯਾਰਕ ਰੇਂਜਰਸ 5-1 ਦੇ ਸਕੋਰ ਮੁਤਾਬਕ